हेलो। हाँ जी भाई, की हाल चाल है सारे दे? ते आज अपने चैनल का पहला ब्लॉग आ, ते आज असी आए हुए से इतने, कोई डॉक्टर सीगा बाई ने लत्त बांह खिचाणियां सीगियां, खिचालियां हुण ते हुण आपां पहला जाना सरी वापस, ते उत्थों आपां ट्राईपॉड खरीदना किसी तों, सैकेंड हैंड ही लैणा किसी तों, ते देखदे हां की गल बनदी उत्थे। ते मेरे नाल अज मेरा वड्डा भरा गा, ते तुहानू मिलाउने उहदे नाल। हेलो बई, ते ये ने अपने वड्डे बई का नाम है नवी, अगे कदे बई क्या नहीं तां करके हस रहे हैं। ते इदू बाद हुण आपां जा रहे तो सरी नूं, ते उत्थों ट्राईपॉड चकांगे, ते जे रस्ते च कोई वधिया चीज़ हुई तां कोई माहौल बनदा तां रोक के तुहानूं दिखावांगे। ते हुण आपां चलदे हां। ਹਾਂਜੀ, ਤੇ ਆਪਾਂ ਪਹੁੰਚ ਗਏ ਲੋਕੇਸ਼ਨ ਤੇ ਜਿੱਥੇ ਆਪਾਂ ਮਿਲਣਾ ਸੀਗਾ ਬੰਦੇ ਨੂੰ, ਤੇ ਦੇਖਦੇ ਆ ਬੰਦਾ ਆਇਆ ਕਿ ਨਹੀਂ, ਹਜੇ ਤਾਂ ਦੇਖ ਨਹੀਂ ਰਿਹਾ। ਤੇ ਮਿਲਦੇ ਹਾਂ ਤੁਹਾਨੂੰ, ਉਦੋਂ ਬਾਅਦ ਟ੍ਰਾਈਪੋਡ ਲੈ ਕੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਦਾ ਗਾ, ਤੇ ਉਦੋਂ ਬਾਅਦ ਆਪਾਂ ਕਰਦੇ ਹਾਂ ਪਲਾਨ ਕਿੱਥੇ ਜਾਣਾ। ਟ੍ਰਾਈਪੋਡ ਲੈ ਲਿਆ, ਬੰਦਾ ਆ ਗਿਆ ਸੀਗਾ, ਉਹਨੂੰ ਨਹੀਂ ਮਿਲਿਆ ਆਪਾਂ ਨੂੰ, ਤੇ ਦਿਖਾਉਂਦਾ ਤੁਹਾਨੂੰ ਨਿਕਲ ਜਾਵੇ ਆਪਣੇ ਗਿੰਬਲ ਹੁੰਦਾ ਜਿਹੜਾ, ਉਹਦੇ ਵਾਸਤੇ ਵਧੀਆ ਹੈ, ਕਈ ਵਾਰੀ ਸ਼ਾਰਟ ਲੈਣਾ ਪੈ ਜਾਂਦਾ ਤਾਂ, ਕਿਉਂਕਿ ਹੁਣ ਜਦੋਂ ਅਸੀਂ ਸ਼ਾਰਟ ਲੈਂਦੇ ਸੀਗੇ ਤਾਂ ਬਾਈ ਨੂੰ ਫੜਨਾ ਪੈਂਦਾ ਸੀਗਾ ਗਿੰਬਲ, ਅਤੇ ਮੈਨੂੰ ਆਉਣਾ ਪੈਂਦਾ ਸੀ ਅੱਗੇ। ਹੁਣ ਇਹਨੂੰ ਰੱਖ ਕੇ ਥੱਲੇ ਤਾਂ ਗੱਲ ਕਰ ਸਕਦੇ ਹਾਂ, ਦੋਨੇ ਅਸੀਂ ਆ ਸਕਦੇ ਹਾਂ। ਅਤੇ ਇਦੂ ਬਾਅਦ ਹੁਣ ਅਸੀਂ ਪਲਾਨ ਕੀਤਾ ਵੀ ਚੱਲੀਏ ਕ੍ਰੈਸੈਂਟ ਬੀਚ, ਅਤੇ ਉੱਥੇ ਤੁਹਾਨੂੰ ਮਿਲਦੇ ਹਾਂ ਸਾਰਿਆਂ ਨੂੰ, ਦੇਖਦੇ ਹਾਂ ਕੀ ਮਾਹੌਲ ਆ, ਅਤੇ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਦੀ ਹੈ ਕ੍ਰੈਸੈਂਟ ਬੀਚ। ਪਹੁੰਚਣ ਵਾਲੇ ਹਾਂ, ਅਤੇ ਰਸਤੇ 'ਚ ਘਰ ਬਹੁਤ ਸੋਹਣੇ ਆਏ, ਅਤੇ ਤੁਹਾਨੂੰ ਹੋਰ ਵੀ ਦਿਖਾਉਂਦੇ ਹਾਂ। ਇੱਥੇ ਜਗ੍ਹਾ ਬਹੁਤ ਸੋਹਣੀ, ਆਪਣੀ ਸਰੀ ਦੀ ਸਭ ਤੋਂ ਵਧੀਆ ਜਗ੍ਹਾ ਹੈ, ਘਰ ਬਹੁਤ ਮਹਿੰਗੇ ਇੱਥੇ, ਅਤੇ ਤੁਹਾਨੂੰ ਦਿਖਾਉਂਦੇ ਹਾਂਗੇ ਕਿ ਕਿੱਦਾਂ ਦੇ ਲੱਗ ਰਹੇ ਘਰ। ਹਾਂਜੀ, ਅਤੇ ਆਪਾਂ ਪਹੁੰਚ ਗਏ, ਅਤੇ ਬੀਚ 'ਤੇ ਮਿਲਣਾ 500 ਮੀਟਰ ਦੂਰ ਆ, ਕਿਉਂਕਿ ਜਿੱਥੇ ਆਪਾਂ ਬੀਚ 'ਤੇ ਪਹਿਲਾਂ ਪਾਰਕਿੰਗ 'ਚ ਜਾਂਦੇ ਨੇ ਉਹ, ਉੱਥੇ ਇਹਨਾਂ ਨੇ ਬੋਰਡ ਲਾਇਆ ਹੋਇਆ ਕਿ ਪਹਿਲੀ ਫੁੱਲ ਆ ਗਈ, ਅਤੇ ਥੋੜ੍ਹੀ ਪਹਿਲਾਂ ਕਾਰ ਦੂਰ ਰੁਕੀ ਹੈਗੀ, ਅਤੇ ਦਿਖਾਉਂਦੇ ਹਾਂ ਤੁਹਾਨੂੰ ਇੱਥੇ ਕਿੱਦਾਂ ਦਾ ਮਾਹੌਲ ਹੈਗਾ। ਘਰ ਬਹੁਤ ਸੋਹਣੇ ਇੱਥੇ, ਅੱਗੇ ਜਾਂਦੇ ਹਾਂ ਦਿੰਦੇ ਹਾਂ, ਨਾਲ ਰੋਡ ਕ੍ਰੋਸ ਕਰਨੀ ਪੈਣੀ ਆ। ਗੱਡੀ ਕੜੀ ਪੁਰਾਣੀ ਲਾਈ ਹੋਈ ਹੈ ਕਿਸੇ ਨੇ, ਗ੍ਰੀਨਰੀ ਬਹੁਤ ਹੋਈ ਹੋਈ ਆ ਮਹੀਨੇ ਦੇ ਵਿੱਚ ਆ ਕੇ, ਬਹੁਤ ਜ਼ਿਆਦਾ। ਇੱਕ ਤਾਂ ਬੰਦੇ ਮੋਟਰਸਾਈਕਲ ਬਹੁਤ ਲਈ ਕਰਦੇ ਆ ਆਹ ਮਹੀਨੇ ਦੇ ਵਿੱਚ ਆ ਕੇ, ਇੱਕ ਤਾਂ ਹਰਿਆਲੀ ਬਹੁਤ ਜ਼ਿਆਦਾ ਹੋ ਜਾਂਦੀ ਆ, ਸਾਰੇ ਫੁੱਲ ਨਿਕਲਦੇ ਆ, ਅਤੇ ਇਲਾਕਾ ਸੋਹਣਾ ਬਹੁਤ ਲੱਗਦਾ। ਆਹ ਦੇਖੋ ਇੱਕ ਜਾਂਦਾ ਸਾਈਕਲ ਤੇ ਰੋਲਾ ਬਣਾਈ, ਉਹ ਲੰਘ ਗਿਆ। ਆਹ ਦੇਖੋ ਮਗਰ ਘਰ ਦਿਖਾਉਂਦਾ ਤੁਹਾਨੂੰ ਮੈਂ, ਦੇਖੋ ਘਰ ਸਾਰੇ ਬਹੁਤ ਘੈਂਟ ਤਾਂ ਦੇ ਘਰ ਪਾਇਆ, ਬਹੁਤ ਸੋਹਣੇ ਲੱਗਦੇ ਇੱਥੇ। ਇੱਕ ਤਾਂ ਮੈਨੂੰ ਹਜੇ ਆ ਜਿਹੜਾ ਗਿੰਬਲ ਜਿਹਾ ਉਹਨੇ ਹੈਂਡਲ ਕਰਨਾ ਹੁੰਦਾ, ਤਾਂ ਹੌਲੀ ਹੌਲੀ ਸਿੱਖਾਂਗੇ। ਅਤੇ ਬਾਕੀ ਦੱਸ ਦਿਓ ਵੀਡੀਓ ਦੇ ਵਿੱਚ ਜੇ ਕੋਈ ਗਲਤੀ ਹੁੰਦੀ ਆ, ਠੀਕ ਆ, ਤਾਂ ਦੱਸਿਓ ਵੀ ਕੀ ਕੀ ਇੰਪਰੂਵਮੈਂਟ ਕਰੀਏ ਅਸੀਂ, ਅਤੇ ਕਿਉਂਕਿ ਆਪਣੇ ਵੱਡੇ ਮਹਾਂਸ਼ਾਹ ਹਜੇ ਅੱਗੇ ਤੁਰੇ ਜਾਂਦੇ ਆ, ਵੀਡੀਓ ਦੇ ਵਿੱਚ ਆ ਨਹੀਂ ਰਹੇ। ਇਹ ਥੋੜ੍ਹੇ ਕਹਿੰਦੇ ਵੀ ਅਸੀਂ ਤਕੜੇ ਲੈਵਲ ਦੇ ਹਾਂਗੇ ਐਕਟਰ, ਕਹਿੰਦੇ ਵੀ ਪੈਸੇ ਦਿਆ ਕਰੋ ਸਾਨੂੰ ਫੇਰ ਆਵਾਂਗੇ। ਸਾਰੇ ਲੋਕ ਹੀ ਆ ਰਹੇ ਹੈਗੇ, ਘਰੇ ਕੋਈ ਨਹੀਂ ਟਿਕਦਾ।
ਇੱਥੇ ਤੁਹਾਨੂੰ ਦੱਸੀਏ ਵੀ ਜਿਹੜਾ ਕਰੋਨਾ ਕਰਕੇ ਇੱਥੇ ਲੋਕਡਾਊਨ ਹੈ ਨਹੀਂ ਗਾ, ਲੋਕ ਸਾਰੇ ਜਾਂਦੇ ਆ ਕੰਮ 'ਤੇ, ਅਤੇ ਇੱਥੇ ਖੁੱਲ੍ਹਾ ਮਾਹੌਲ ਹੀ ਆ, ਬਹੁਤ ਸੋਹਣਾ ਇਲਾਕਾ ਹੈਗਾ ਇੱਥੇ ਬਾਈ। ਜਿਹੜੇ ਸਰੀ 'ਚ ਰਹਿੰਦੇ ਜ਼ਰੂਰ ਆ ਕੇ ਜਾਇਓ, ਜਿਹਨਾਂ ਨੂੰ ਨਹੀਂ ਪਤਾ ਇਹਦੇ ਬਾਰੇ। ਅਤੇ ਤੁਹਾਨੂੰ ਮਿਲਦੇ ਹਾਂ ਫਿਰ ਅੱਗੇ ਜਾ ਕੇ ਬੀਚ 'ਤੇ, ਹੁਣ ਮੈਂ ਸੋਚਿਆ ਵੀ ਰਾਹ 'ਚ ਦਿਖਾਵਾਂਗੇ, ਅਤੇ ਹੁਣ ਬੀਚ 'ਤੇ ਮਿਲਦੇ ਹਾਂ ਫਿਰ। ਇੱਧਰ ਦੇਖੋ ਵੀ ਤੁਹਾਨੂੰ ਮੋਟਰਸਾਈਕਲ ਦਿਖਾਈਏ, ਹਾਲੇ ਬਣਾਏ ਦੇਖੋ ਕਿੱਡੇ ਸਿਰਾ ਚੀਜ਼ ਹੈ ਇਹ। ਨਾ ਉਹ ਲੀੜੇ ਲੂੜੇ ਵੇਚ ਕੇ ਫਿਰ ਬਣ ਜੂਗਾ ਚੀਜ਼, ਦੋਨੇ ਸਿਰਾ ਹੈ। ਠੀਕ ਹੈ ਵੀ ਗਾਹ ਲਾ ਕੇ ਦਿੰਦੇ ਆ ਜੀ ਬਈ। ਅਤੇ ਪਹੁੰਚ ਗਏ ਬੀਚ 'ਤੇ ਆਪਾਂ, ਅਤੇ ਦੇਖਦੇ ਹਾਂ ਹੁਣ, ਦਿਖਾਉਂਦਾ ਤੁਹਾਨੂੰ ਮਾਹੌਲ ਸਾਰਾ। ਬਹੁਤ ਲੋਕ ਆਏ ਹੋਏ ਆ, ਦੇਖੋ ਪਾਰਕਿੰਗਾਂ ਤਾਂ ਸਾਰੀਆਂ ਫੁੱਲ ਹੋਈਆਂ ਪਈਆਂ ਦੇਖੋ। ਮਗਰ ਪੂਰਾ ਧੁੱਪ ਬਹੁਤ ਤੇਜ਼ ਅੱਜ, ਅਤੇ ਹੋਰ ਸਕੂਰਾਂ ਬਹੁਤ ਪੈਣ ਡਈਆਂ ਜੀ। ਅੱਗੇ ਚੱਲਦੇ ਹਾਂ, ਕੇਕੜੇ ਹੁੰਦੇ ਆ, ਮੈਨੂੰ ਡਰ ਬਹੁਤ ਲੱਗਦਾ ਕੇਕੜੇ ਆ ਨਾ, ਕਿਤੇ ਹੋਣਾ ਪਿੰਡ 'ਚ ਵੜਦੇ, ਬੈਠਾ ਤਾਂ ਨਹੀਂ ਇੱਥੇ। ਆ ਦੂਜੇ ਪਾਸੇ ਅਮਰੀਕਾ ਉੱਧਰ, ਹੋਰ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। Thank you.
ਚੱਲੇ ਹਾਂ ਵਾਪਸ, ਅਤੇ ਰਸਤੇ 'ਚ ਆਪਾਂ ਜਦੋਂ ਇੱਥੇ ਬੀਚ 'ਤੇ ਐਂਟਰ ਕਰਦੇ ਹਾਂ, ਇੱਥੇ ਆਈਸਕ੍ਰੀਮ ਦੀ ਸ਼ੋਪ ਸੀ ਇੱਕ, ਅਤੇ ਆਪਾਂ ਉੱਥੇ ਜਾਂਦੇ ਹਾਂ, ਪਹਿਲਾਂ ਆਈਸਕ੍ਰੀਮ ਲਵਾਂਗੇ ਅਤੇ ਉਦੋਂ ਬਾਅਦ ਕਿਸੇ ਘੈਂਟ ਦੀ ਜਗ੍ਹਾ 'ਤੇ ਰੁਕ ਕੇ ਆਪਾਂ ਕਰਾਂਗੇ ਵਲੋਗ ਦੀ ਐਂਡਿੰਗ, ਅਤੇ ਫਿਰ ਮਿਲਾਂਗੇ ਤੁਹਾਨੂੰ ਅਗਲੇ ਵਲੋਗ ਦੇ ਵਿੱਚ। ਕਿਹਾ ਹੁਣ ਆਪਾਂ ਚੱਲਦੇ ਹਾਂ ਆਈਸਕ੍ਰੀਮ ਸ਼ੋਪ 'ਤੇ ਅਤੇ ਉੱਥੇ ਤੁਹਾਨੂੰ ਦਿਖਾਉਂਦੇ ਹਾਂ। ਜੀ ਬਈ, ਆ ਗਏ ਆਪਾਂ ਸ਼ੋਪ 'ਤੇ, ਇੱਥੇ ਅਤੇ ਦਿੰਦੇ ਹਾਂ ਕੀ ਕੁਛ ਲੈਣਾ ਅੱਜ ਸ਼ੋਪ ਬੀਚ 'ਤੇ ਜਮ੍ਹਾਂ ਕੋਲ। ਹਾਂਜੀ, ਅਤੇ ਹੁਣ ਆਪਾਂ ਚੱਲੇ ਹਾਂ ਘਰ ਵਾਪਸ। ਫੋਟੋ ਥੋੜ੍ਹੀ ਜਿਹੀ ਕਾਲੀ ਆ ਰਹੀ ਆ, ਇਹਦੇ ਵਾਸਤੇ ਮਾਫ਼ੀ। ਅਤੇ ਮੈਂ ਆਪਦੀ ਆਈਸਕ੍ਰੀਮ ਤਾਂ ਖਾ ਗਿਆ, ਅਤੇ ਹੁਣ ਇਹਦੀ ਮੇਰੇ ਵਾਲੀ 'ਤੇ ਨਿਗਾਹ ਗਈ, ਅਤੇ ਇਹ ਮੈਨੂੰ ਲੱਗਾ ਥੋੜ੍ਹਾ ਟਾਈਮ ਲੈਣਾ, ਮੇਰੀ ਵੀ ਟਪਾ ਦੇਣੀ ਆਈਸਕ੍ਰੀਮ, ਅਤੇ ਇਸ ਤੋਂ ਪਹਿਲਾਂ ਮੇਰੀ ਆਈਸਕ੍ਰੀਮ ਖਾਵੇ, ਅਤੇ ਮੈਂ ਕਰਦਾ ਬੰਦ ਵੀਡੀਓ, ਅਤੇ ਉਦੋਂ ਬਾਅਦ ਆਪਾਂ ਮਿਲਦੇ ਹਾਂ ਅਗਲੇ ਵਲੋਗ 'ਚ। ਅਤੇ ਸਾਰੀਆਂ ਜੇ ਕੋਈ ਗਲਤੀ ਹੋਵੇ ਅਤੇ ਕੋਈ ਇੰਪਰੂਵਮੈਂਟ ਸਾਨੂੰ ਦੱਸਣੀ ਹੋਵੇ, ਸਾਨੂੰ ਕਮੈਂਟ ਨਾਲ ਜ਼ਰੂਰ ਦੱਸੋ, ਅਤੇ ਲਾਈਕ ਕਰਿਓ, ਅਤੇ ਸ਼ੇਅਰ ਕਰਿਓ, ਅਤੇ ਸਬਸਕ੍ਰਾਈਬ ਕਰ ਦਿਓ। ਬਾਏ ਬਾਏ।